ਸਿੱਖ ਨਿਊਜ਼ ਐਕਸਪ੍ਰੈਸ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਵੀਰ ਬਲਜੀਤ ਸਿੰਘ ਜੀ ਦਵਾਰਕਾ ਤੋਂ, ਜੋ ਕਿ ਵੱਖ ਵੱਖ ਜਗ੍ਹਾ ਦੇ ਉੱਪਰ ਜਾ ਕਰਕੇ ਗੁਰਬਾਣੀ ਵਿਚਾਰ ਗੁਰਬਾਣੀ ਲੈਕਚਰ ਦੇ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਇੱਕ ਪ੍ਰਯਾਸ ਪਿਆ ਕਰਦੇ ਨੇ। ਅੱਜ ਅਸੀਂ ਉਹਨਾਂ ਕੋਲੋਂ ਜਿਹੜਾ ਹੈ ਅਰਦਾਸ ਦਾ ਵਿਸ਼ਾ, ਜਿਹੜਾ ਇਸ ਅਰਦਾਸ ਦੇ ਵਿਸ਼ੇ ਨੂੰ ਸਮਝਣ ਦਾ ਯਤਨ ਪਿਆ ਕਰਾਂਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਗੁਰੂ ਫਤਿਹ ਨਾਲ ਸਾਂਝ ਪਾਈਏ। ਪ੍ਰਵਾਨੋ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮਨੁੱਖੀ ਸਮਾਜ ਦੇ ਅੰਦਰ ਅਰਦਾਸ ਜਿਹੜੀ ਹੈ ਉਹ ਕਿਸ ਪ੍ਰਕਾਰ ਮਹੱਤਵਪੂਰਨ ਹਿੱਸਾ ਪਿਆ ਰੱਖਦੀ ਹੈ? ਦੇਖੋ, ਅਰਦਾਸ ਬੇਸਿਕਲੀ ਕਿਸੇ ਮੰਗ ਵਾਸਤੇ ਹੁੰਦੀ। ਜਦੋਂ ਵੀ ਮਨੁੱਖ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਉਹਦੇ ਵਾਸਤੇ ਉਹ ਅਰਦਾਸ ਕਰਦਾ। ਛੋਟਾ ਬੱਚਾ ਭੁੱਖਾ ਹੁੰਦਾ, ਉਹ ਮਾਂ ਦੇ ਅੱਗੇ ਰੋਂਦਾ ਵੀ ਮੈਨੂੰ ਦੁੱਧ ਦੇ। ਵੱਡਾ ਹੁੰਦਾ, ਉਹਦੀ ਕੋਈ ਡਿਮਾਂਡ ਹੁੰਦੀ ਹੈ, ਉਹਦੀ ਕੋਈ ਜ਼ਰੂਰਤ ਹੁੰਦੀ ਹੈ, ਉਹ ਅਰਦਾਸ ਕਰਦਾ। ਗੁਰਬਾਣੀ ਦੇ ਵਿੱਚ ਅਰਦਾਸ ਦਾ ਬਹੁਤ ਵੱਡਾ ਮਹੱਤ ਹੈ, ਔਰ ਉਹ ਹੈ ਕਿ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮਹਿਰਾਸ, ਮਨ 'ਤੇ ਧੋਖਾ ਤਾਂ ਹੈ ਜਾਂ ਸਿਫਤ ਕਰੀ ਅਰਦਾਸ। ਕਿਉਂਕਿ ਅਸੀਂ ਮਨੁੱਖੀ ਜੀਵਨ ਵਿੱਚ ਸਿਰਫ ਔਰ ਸਿਰਫ ਰੱਬ ਨੂੰ ਮਿਲਣ ਆਏ ਅਤੇ ਰੱਬ ਤੋਂ ਟੁੱਟੇ ਹਾਂ ਹਉਮੈ ਕਰਕੇ। ਕਿਉਂਕਿ ਮਹਾਰਾਜ ਬਾਣੀ 'ਚ ਫਰਮਾਨ ਕਰਦੇ ਹਨ ਕਿ ਵੀ ਹਉਮੈ ਰੋਗ ਮਨੁੱਖ ਕੋ ਦੀਨਾ। ਇੱਕ ਤਾਂ ਮਹਾਰਾਜ ਹੋਰ ਬਖਸ਼ਿਸ਼ ਕਰਦੇ ਹਨ ਕਿ ਧਨ ਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਭੀਤ ਕਰਾਰੀ। ਯਾਨੀ ਆਤਮਾ ਅਤੇ ਪਰਮਾਤਮਾ ਹੈ ਤਾਂ ਇੱਕ ਹੀ ਥਾਂ, ਮਨ ਤੂੰ ਜੋਤ ਸਰੂਪ ਹੈ, ਅਸੀਂ ਰੱਬ ਦਾ ਹੀ ਰੂਪ ਹਾਂ, ਲੇਕਿਨ ਸਾਡੇ ਅਤੇ ਰੱਬ ਦੇ ਵਿੱਚ ਇੱਕ ਹਉਮੈ ਦੀ ਦੀਵਾਰ ਹੈ, ਭੀਤ ਕਹਿੰਦੇ ਨੇ ਦੀਵਾਰ ਨੂੰ, ਔਰ ਇਹ ਦੀਵਾਰ ਵੀ ਬੜੀ ਸਖਤ ਹੈ, ਥਿੱਕ ਵਾਲ ਹੈ। ਇਸ ਹਉਮੈ ਦੀ ਦੀਵਾਰ ਨੂੰ ਤੋੜਨ ਦਾ ਗੁਰਬਾਣੀ ਸਿਰਫ ਔਰ ਸਿਰਫ ਇੱਕੋ ਤਰੀਕਾ ਦੱਸਦੀ ਹੈ, ਉਹ ਹੈ ਗੁਣ ਗਾਵਤ ਤੇਰੀ ਉਤਰਸ ਮਹਿਲ, ਬਿਨਸ ਜਾਏ ਹਉਮੈ ਬਿਖ ਫੈਲ। ਅਤੇ ਜੇ ਗੁਣ ਨਹੀਂ ਗਾਏ ਜਾ ਸਕਦੇ, ਕਿਉਂਕਿ ਬਾਣੀ ਵਾਰ ਵਾਰ ਸਾਨੂੰ ਇੱਕ ਗੱਲ ਸਮਝਾਉਂਦੀ ਹੈ ਵੀ ਅਸੀਂ ਆਪ ਕਰਨ ਯੋਗ ਨਹੀਂ, ਯਾਨੀ ਰਿਜ਼ਲਟ ਸਾਡੇ ਹੱਥ ਨਹੀਂ, ਅਸੀਂ ਜਿੰਨੇ ਮਰਜ਼ੀ ਐਫਰਟ ਕਰ ਲਈਏ, ਹੋਣਾ ਉਹ ਹੈ ਜੋ ਰੱਬ ਨੇ ਕਰਨਾ। ਅਤੇ ਜੇ ਰੱਬ ਨੇ ਹੀ ਕਰਨਾ ਹੈ ਤਾਂ ਫਿਰ ਉਹਦੇ ਕੋਲੋਂ ਮੰਗਣਾ ਪੈਣਾ, ਇਹ ਦਾਨ ਹੈ ਜੋ ਆਪਣੇ ਐਫਰਟ ਨਾਲ ਨਹੀਂ ਮਿਲੇਗਾ, ਇਹਦੇ ਵਾਸਤੇ ਉਹਦੀ ਬਖਸ਼ਿਸ਼, ਉਹਦੀ ਪ੍ਰਸੰਨਤਾ ਇਹ ਜ਼ਰੂਰੀ ਹੈ। ਅਤੇ ਜੇ ਕਿਸੇ ਦੀ ਪ੍ਰਸੰਨਤਾ ਲੈਣੀ ਹੈ ਉਹਦੇ ਵਾਸਤੇ ਅਰਦਾਸ ਕਰਨੀ ਪੈਣੀ ਹੈ। ਤਾਂ ਇਹ ਦੋ ਮੁੱਖ ਆਸਪੈਕਟ ਜਿਹੜੇ ਹਨ, ਸਿਧਾਂਤ ਜਿਹੜੇ ਹਨ, ਗੁਰਬਾਣੀ ਵਾਰ ਵਾਰ ਸਾਨੂੰ ਦੁਹਰਾਉਂਦੀ ਹੈ ਕਿ ਗੁਣ ਗਾਏ ਬਿਨਾਂ ਗੱਲ ਨਹੀਂ ਬਣਨੀ, ਪਰ ਗੁਣ ਗਾਏ ਜਾਣ ਇਹਦੇ ਵਾਸਤੇ ਇਨਵਾਇਰਮੈਂਟ ਚਾਹੀਦਾ, ਇਹਦੇ ਵਾਸਤੇ ਉਹੋ ਜਿਹੀ ਮੱਤ ਚਾਹੀਦੀ ਹੈ। ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁੱਤਿਆਂ, ਉਹ ਮੱਤ ਮੰਗਣੀ ਪੈਣੀ ਹੈ, ਉਹ ਇਨਵਾਇਰਮੈਂਟ ਮੰਗਣਾ ਪੈਣਾ, ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰਨਾਮ ਉਚਾਰੇ, ਇਸ ਲਈ ਅਰਦਾਸ ਹੈ। ਲੇਕਿਨ ਅਸੀਂ ਕਈ ਵਾਰੀ ਅਰਦਾਸ ਜ਼ਿਆਦਾਤਰ ਦੁਨਿਆਵੀ ਚੀਜ਼ਾਂ ਮੰਗਣ ਵਾਸਤੇ ਕਰਦੇ, ਔਰ ਉਹਦੇ ਲਈ ਗੁਰਬਾਣੀ ਸਾਨੂੰ ਮਨਾ ਕਰਦੀ ਹੈ, ਕਿਉਂਕਿ ਦੁਨਿਆਵੀ ਕੋਈ ਵੀ ਚੀਜ਼ ਜਿਹੜੀ ਹੈ ਉਹ ਮਾਇਆ ਹੈ, ਅਤੇ ਮਾਇਆ ਸਾਡੇ ਜੀਵਨ ਵਿੱਚ ਦੁੱਖ ਦਾ ਕਾਰਨ ਹੈ। ਵੇਖਿਆ ਕਹਿ ਤਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਇਹ ਇੱਥੇ ਲਾਭਦਾਇਕ ਹੈ ਨਾ ਇਹ ਜਨਮ ਤੋਂ ਬਾਅਦ ਮਰਨ ਤੋਂ ਬਾਅਦ ਉੱਥੇ ਲਾਭਦਾਇਕ ਹੈ, ਇਹ ਰੱਬ ਦੇ ਲੋਕ ਵਿੱਚ ਵੀ ਨਹੀਂ, ਪਰਲੋਕ ਵਿੱਚ ਵੀ ਨਹੀਂ ਅਤੇ ਇਸ ਲੋਕ ਵਿੱਚ ਵੀ ਨਹੀਂ, ਇਹ ਦੋਵੇਂ ਥਾਂ ਸਾਨੂੰ ਤੰਗ ਕਰਦੀ ਹੈ, ਇਹਦਾ ਕੋਈ ਲਾਭ ਨਹੀਂ ਹੈ। ਪਰ ਸਾਡੀਆਂ ਜ਼ਿਆਦਾ ਤੋਂ ਜ਼ਿਆਦਾ ਅਰਦਾਸਾਂ ਜਿਹੜੀਆਂ ਉਹ ਦੁਨਿਆਵੀ ਮੰਗਾਂ ਦੀਆਂ ਆਉਂਦੀਆਂ, ਉਹਦੇ ਲਈ ਬਾਣੀ ਮਨਾ ਕਰਦੀ ਹੈ। ਮਹਾਰਾਜ ਕਹਿੰਦੇ ਨੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਜੇ ਤੂੰ ਰੱਬ ਤੋਂ ਇਲਾਵਾ ਰੱਬ ਕੋਲੋਂ ਕੁਝ ਹੋਰ ਮੰਗਿਆ ਮਿਲੇਗਾ ਤਾਂ ਜ਼ਰੂਰ, ਕਿਉਂਕਿ ਜੋ ਮੰਗੇ ਠਾਕੁਰ ਆਪਣੇ ਤਾਂ ਸੋਈ ਸੋਈ ਦੇ। ਬੱਚਾ ਮਾਂ ਕੋਲੋਂ ਸਰਦੀ ਦੇ ਵਿੱਚ ਆਈਸਕ੍ਰੀਮ ਮੰਗਦਾ ਅਤੇ ਮਾਂ ਉਹਨੂੰ ਮਨਾ ਕਰਦੀ ਹੈ ਕਿ ਨਹੀਂ ਪੁੱਤਰ ਗਲਾ ਖਰਾਬ ਹੋ ਜਾਏਗਾ, ਬੁਖਾਰ ਹੋ ਜਾਏਗਾ, ਤੇਰੇ ਲਈ ਠੀਕ ਨਹੀਂ ਹੈ। ਪਰ ਪੁੱਤਰ ਕਈ ਵਾਰੀ ਜ਼ਿੱਦ ਕਰਦਾ ਕਿ ਨਹੀਂ ਮੈਂ ਤਾਂ ਆਈਸਕ੍ਰੀਮ ਹੀ ਖਾਣੀ, ਰੋਂਦਾ ਉਹ ਮਾਂ ਨਾਲ ਲੜਦਾ, ਹਾਰ ਕੇ ਮਾਂ ਫਿਰ ਦੇ ਦਿੰਦੀ ਹੈ
ਪਰ ਨਾਲ ਹੀ ਇਹ ਕਹਿੰਦੀ ਹੈ ਵੀ ਜੇ ਕੱਲ੍ਹ ਨੂੰ ਗਲਾ ਖਰਾਬ ਹੋ ਗਿਆ ਤਾਂ ਫਿਰ ਮੈਨੂੰ ਨਾ ਆਖੀ, ਮੈਂ ਜ਼ਿੰਮੇਵਾਰ ਨਹੀਂ। ਇਸੇ ਤਰ੍ਹਾਂ ਉਹ ਸਾਡੀ ਮਾਂ ਹੈ, ਰੱਬ ਸਾਡੀ ਮਾਂ ਵੀ ਹੈ, ਰੱਬ ਸਾਡਾ ਪਿਓ ਵੀ ਹੈ। ਅਤੇ ਅਸੀਂ ਕਈ ਵਾਰੀ ਜ਼ਿੱਦ ਕਰਕੇ ਰੱਬ ਕੋਲੋਂ ਮੰਗਦੇ ਹਾਂ ਕੋਈ ਵੀ ਚੀਜ਼। ਆਮ ਤੌਰ 'ਤੇ ਮਾਵਾਂ ਮੰਗਦੀਆਂ ਪੁੱਤਰ, ਘਰ ਤਿੰਨ ਧੀਆਂ ਹੋ ਗਈਆਂ ਅਤੇ ਉਹਨੂੰ ਪਰਿਵਾਰ ਵਾਲੇ ਵੀ ਲਾਮਾ ਦਿੰਦੇ ਵੀ ਤੇਰੇ ਕੋਲ ਪੁੱਤਰ ਨਹੀਂ ਹੈ, ਤੇਰੀ ਗੋਦ 'ਚ ਪੁੱਤਰ ਨਹੀਂ ਹੈ, ਸਾਡਾ ਵੰਸ਼ ਨਹੀਂ ਚੱਲੇਗਾ। ਉਹਦੀ ਆਪਣੀ ਵੀ ਇੱਛਾ ਹੁੰਦੀ ਹੈ ਮੇਰੇ ਘਰ ਪੁੱਤਰ ਹੋਵੇ। ਉਹ ਫਿਰ ਮਾਂ ਮੰਗਦੀ ਹੈ, ਇੱਥੇ ਨੱਕ ਰਗੜਦੀ ਹੈ, ਉੱਥੇ ਮੱਥਾ ਟੇਕਦੀ ਹੈ, ਉੱਥੇ ਦਾਨ ਕਰਦੀ ਹੈ, ਉਹ ਮੰਗਦੀ ਹੈ ਵੀ ਮੈਨੂੰ ਕਿਸੇ ਤਰ੍ਹਾਂ। ਪਰ ਰੱਬ ਨਹੀਂ ਦਿੰਦਾ, ਉਹਨੂੰ ਪਤਾ ਵੀ ਨਹੀਂ ਤੈਨੂੰ ਲੋੜ ਨਹੀਂ ਹੈ, ਕਿਉਂਕਿ ਉਹ ਅਸਲੀ ਮਾਂ ਹੈ, ਉਹ ਅਸਲੀ ਪਿਓ ਹੈ, ਉਹ ਜਾਣਦਾ, ਉਹ ਜਾਣਦਾ ਵੀ ਉਹਨੂੰ ਕੀ ਚਾਹੀਦਾ। ਲੇਕਿਨ ਬੱਚਾ ਅਣਜਾਣ ਹੈ, ਉਹਨੂੰ ਸਮਝ ਨਹੀਂ ਹੈ। ਮਾਂ ਮੰਗ ਲੈਂਦੀ ਹੈ, ਉਹ ਮੰਗਿਆ ਪੁੱਤਰ ਐਸਾ ਭੈੜਾ ਨਿਕਲਦਾ। ਫਿਰ ਉਹੀ ਮਾਂ ਜਿਹਨੇ ਮੰਗ ਮੰਗ ਕੇ ਨੱਕ ਰਗੜ ਰਗੜ ਕੇ ਪੁੱਤਰ ਲਿਆ ਸੀ, ਉਹ ਕਹਿੰਦੀ ਤੂੰ ਜੰਮਦਾ ਹੀ ਕਿਉਂ ਨਾ ਮਰ ਗਿਓ, ਮੈਂ ਤੈਨੂੰ ਇਸ ਵਾਸਤੇ ਮੰਗਿਆ ਸੀ। ਹੁਣ ਜੇ ਬਾਣੀ ਦਾ ਆਧਾਰ ਹੁੰਦਾ ਵੀ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਤਾਂ ਉਹ ਮੰਗਦੀ ਨਾ ਧੀਆਂ, ਦੋ ਧੀਆਂ ਤਿੰਨਾਂ ਧੀਆਂ ਨਾਲ ਆਪਣਾ ਸੋਹਣਾ ਜੀਵਨ, ਕਿਉਂਕਿ ਜ਼ਰੂਰੀ ਤਾਂ ਨਹੀਂ ਵੀ ਪੁੱਤਰ ਨੇ ਸੇਵਾ ਹੀ ਕਰਨੀ ਹੈ। ਜਿਨ੍ਹਾਂ ਦੇ ਪੰਜ ਪੰਜ ਪੁੱਤਰ ਹੈ, ਪਿਓ ਮਾਂ ਪਿਓ ਰੋਲਣ ਦੇ, ਅਤੇ ਜਿਨ੍ਹਾਂ ਦੀ ਸ਼ਾਇਦ ਇੱਕ ਧੀ ਆ ਉਹ ਧੀ ਬੜਾ ਸੋਹਣਾ ਮਾਂ ਪਿਓ ਪਾਲ ਲੈਂਦੀ ਹੈ। ਤੋ ਰੱਬ ਜਾਣੀ ਜਾਣੇ, ਰੱਬ ਇੱਕ ਅੱਛਾ ਪਿਓ ਹੈ, ਉਹਨੂੰ ਪਤਾ ਮੈਂ ਆਪਣੇ ਪੁੱਤਰਾਂ ਨੂੰ ਕਿਸ ਤਰ੍ਹਾਂ ਪਾਲਣਾ, ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਣਾ। ਅਤੇ ਬਾਣੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਵੀ ਉਹਦੇ ਕੋਲ ਮੰਗਣਾ ਕੁਝ ਨਹੀਂ। ਹੁਣ ਫਿਰ ਗੱਲ ਆਉਂਦੀ ਹੈ ਬਾਣੀ 'ਚ, ਇੱਕ ਥਾਂ ਆਉਂਦਾ ਕਿ ਜੀ ਕੀ ਬਿਰਥਾ ਹੋਏ ਤਾਂ ਗੁਰ ਪੇ ਅਰਦਾਸ ਕਰ। ਇੱਕ ਥਾਂ ਕਹਿੰਦੇ ਹਨ ਕਿ ਹਰ ਅੰਤਰ ਜਾਮੀ ਸਭਿਤ ਜਾਣਾ ਤਾਂ ਕਿਸ ਪੇ ਆਖ ਸੁਣਾਈਏ। ਅਤੇ ਹੁਣ ਜਗਿਆਸੂ ਦੇ ਮਨ 'ਚ ਸਵਾਲ ਉੱਠ ਜਾਂਦਾ ਕਿ ਵੀ ਹਾਂ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ, ਅਤੇ ਫਿਰ ਇਹ ਕੀ ਕੰਟਰਾਡਿਕਸ਼ਨ ਹੈ। ਦੇਖੋ ਬਾਣੀ ਜਿਹੜੀ ਹੈ ਇਹ ਹਰ ਅਵਸਥਾ ਦੇ ਜੀਵ ਵਾਸਤੇ ਲਿਖੀ ਹੈ। ਜਿਸ ਤਰ੍ਹਾਂ ਹਰ ਕਲਾਸ ਦੇ ਬੱਚੇ ਵਾਸਤੇ ਇੱਕ ਅਲੱਗ ਸਿਲੇਬਸ ਹੁੰਦਾ, ਉਹ ਸਿਲੇਬਸ ਉਸ ਬੱਚੇ ਵਾਸਤੇ ਜ਼ਰੂਰੀ ਹੈ। ਜਦੋਂ ਵੱਡਾ ਹੋ ਜਾਂਦਾ ਤਾਂ ਸ਼ਾਇਦ ਉਹ ਸਿਲੇਬਸ ਉਹਨਾਂ ਰਿਲੇਵੈਂਟ ਨਹੀਂ ਰਹਿੰਦਾ, ਫਿਰ ਕੁਛ ਹੋਰ ਸਿਲੇਬਸ ਆ ਜਾਂਦਾ, ਉਹਦਾ ਟੀਚਰ ਵੀ ਬਦਲ ਜਾਂਦਾ। ਐਂਡ ਸਲੋਲੀ 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 ਜਦੋਂ ਲਾਸਟ ਸਟੇਜ 'ਤੇ ਪਹੁੰਚਦਾ ਉਹਦਾ ਓਬਜੈਕਟਿਵ ਡਿਫਰੈਂਟ ਹੁੰਦਾ, ਉਹਦਾ ਸਿਲੇਬਸ ਡਿਫਰੈਂਟ ਹੁੰਦਾ, ਉਹਦਾ ਟੀਚਰ ਡਿਫਰੈਂਟ ਹੁੰਦਾ। ਇਸੇ ਤਰ੍ਹਾਂ ਬਾਣੀ ਦੇ ਵਿੱਚ ਵੀ ਹਰ ਅਵਸਥਾ ਵਾਸਤੇ ਬਾਣੀ ਨੇ ਗਿਆਨ ਬਖਸ਼ਿਆ ਹੋਇਆ। ਜਿਹੜਾ ਇਹ ਤੁੱਕ ਹੈ ਕਿ ਜੀ ਕੀ ਬਿੜਥਾ ਹੋਏ ਤਾਂ ਗੁਰ ਪੇ ਅਰਦਾਸ ਕਰ, ਇਹ ਉਸ ਅਵਸਥਾ ਵਾਸਤੇ ਹੈ ਜਿਹਨੂੰ ਅਜੇ ਇਹ ਗਿਆਨ ਨਹੀਂ ਹੈ ਵੀ ਮੇਰਾ ਰੱਬ ਅੰਤਰਜਾਮੀ ਹੈ, ਉਹ ਅਜੇ ਉਸ ਅਵਸਥਾ ਤੱਕ ਨਹੀਂ ਪਹੁੰਚਿਆ। ਲੇਕਿਨ ਉਹਨੂੰ ਇੱਕ ਗੱਲ ਫਿਰ ਗਾਈਡ ਕਰਕੇ ਸਮਝਾ ਦਿੱਤੀ ਵੀ ਜੇ ਤੈਨੂੰ ਜ਼ਰੂਰਤ ਵੀ ਪੈਂਦੀ ਹੈ ਕਿ ਤੂੰ ਮੰਗਣਾ, ਜੇ ਅਰਦਾਸ ਕਰਨੀ ਹੈ ਤਾਂ ਹੋਰ ਕਿਸੇ ਕੋਲ ਨਾ ਜਾਈਂ, ਸਿਰਫ ਰੱਬ ਅੱਗੇ ਕਰੀਂ, ਹੋਰ ਕਿਸੇ ਕੋਲ ਨਾ ਜਾਈਂ। ਜੀ ਕੀ ਬਿੜਤਾ, ਜੇ ਤੈਨੂੰ ਕੋਈ ਤਕਲੀਫ ਹੈ ਮਨ ਦੀ, ਤੇਰਾ ਕੋਈ ਦੁੱਖ ਹੈ, ਤੇਰੀ ਕੋਈ ਜ਼ਰੂਰਤ ਹੈ, ਤਾਂ ਹੋਰ ਕਿਸੇ ਦਾ ਪੱਲਾ ਨਾ ਫੜੀ, ਉੱਥੋਂ ਰੱਬ ਕੋਲ ਹੀ ਜਾਈਂ। ਹੁਣ ਇਹ ਪਹਿਲੀ ਅਵਸਥਾ ਹੈ। ਫਿਰ ਅਗਲੀ ਅਵਸਥਾ ਆਈ ਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਸਾਗੇ ਕੀ ਚੇ ਅਰਦਾਸ। ਪਰ ਉੱਥੇ ਮਹਾਰਾਜ ਕਹਿੰਦੇ ਹਨ ਕਿ ਵੀ ਮਨ 'ਤੇ ਧੋਖਾ ਤਾਂ ਲੈ ਜਾਂ ਸਿਫਤ ਕਰੀ ਅਰਦਾਸ। ਹੁਣ ਇੱਥੇ ਵੀ ਗੱਲ ਫਿਰ ਉਹ ਆ ਗਈ ਵੀ ਉਹ ਅਰਦਾਸ ਕਿਹੜੀ ਕਰਨੀ ਹੈ ਅਤੇ ਕਿਵੇਂ ਕਰਨੀ ਹੈ। ਦੇਖੋ ਰੱਬ ਅੰਤਰਜਾਮੀ ਹੈ, ਅੰਤਰਜਾਮੀ ਦਾ ਮਤਲਬ ਹੁੰਦਾ ਨੋਅਰ ਆਫ ਇਨਰ ਫੀਲਿੰਗ, ਜੋ ਅਸੀਂ ਸੋਚ ਰਹੇ ਹਾਂ ਉਹ ਵੀ ਜਾਣਦਾ, ਜੋ ਅਸੀਂ ਕਰ ਰਹੇ ਹਾਂ ਉਹ ਤਾਂ ਵੇਖ ਹੀ ਰਿਹਾ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ, ਰੱਬ ਮੇਰੇ ਹਰ ਵੇਲੇ ਨਾਲ ਹੈ। ਲੇਕਿਨ ਨਾਲ ਹੁੰਦਿਆਂ ਹੋਇਆਂ ਉਹ ਸਿਰਫ ਨਾਲ ਹੀ ਨਹੀਂ ਹੈ, ਉਹ ਮੇਰੇ ਅੰਦਰ ਦੀ ਵੀ ਜਾਣਦਾ ਹੈ, ਜੋ ਮੈਂ ਸੋਚ ਰਿਹਾ ਉਹਨੂੰ ਵੀ ਸਮਝ ਰਿਹਾ। ਹੁਣ ਜੇ ਮੈਂ ਜੋ ਸੋਚ ਰਿਹਾ ਉਹਨੂੰ ਵੀ ਸਮਝ ਰਿਹਾ, ਇਹਦਾ ਮਤਲਬ ਇਹ ਹੈ ਵੀ ਮੈਨੂੰ ਆਪਣੀ ਸੋਚ ਅਰਦਾਸ ਵਾਲੀ ਬਣਾਉਣੀ ਹੈ। ਮੇਰੇ ਮਨ 'ਚ ਭਾਵਨਾ ਪੈਦਾ ਹੋਵੇ ਵੀ ਮੈਂ ਰੱਬ ਕੋਲੋਂ ਰੱਬ ਮੰਗਣਾ। ਜਿੱਦਣ ਉਹ ਭਾਵਨਾ ਬਣ ਗਈ ਮੇਰੀ ਅਰਦਾਸ ਹੋ ਗਈ। ਮੈਨੂੰ ਅਲੱਗਾ ਖਲੋ ਕੇ ਜਾਂ ਕਿਸੇ ਭਾਈ ਸਾਹਿਬ ਨੂੰ 100 ਰੁਪਈਆ ਦੇ ਕੇ ਅਰਦਾਸ ਕਰਾਉਣ ਦੀ ਲੋੜ ਨਹੀਂ ਹੈ ਵੀ ਇਹਨਾਂ ਨੂੰ ਨਾਮਦਾਨ ਦਿੱਤਾ ਜਾਏ। ਜੀ ਜੀ,
ਅੱਛਾ ਇੱਥੇ ਇੱਕ ਚੀਜ਼ ਹੋਰ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਕਿਸੇ ਭਾਈ ਸਾਹਿਬ ਨੂੰ ਆਪਾਂ 100 ਰੁਪਏ ਦੇ ਕੇ ਅਰਦਾਸ ਕਰਾਉਂਦੇ ਹਾਂ, ਅਤੇ ਆਮ ਤੌਰ 'ਤੇ ਜਿਹੜਾ ਅਸੀਂ ਆਪਣੇ ਸਿੱਖ ਸਮਾਜ ਦੀ ਗੱਲ ਕਰਦੇ ਹਾਂ, ਜਦੋਂ ਵੀ ਅਰਦਾਸ ਦਾ ਵਿਸ਼ਾ ਆਉਂਦਾ ਤਾਂ ਅਸੀਂ ਕਹਿੰਦੇ ਜੀ ਤੁਸੀਂ ਗੁਰਦੁਆਰੇ ਸਾਹਿਬ ਜਾ ਕੇ ਭਾਈ ਸਾਹਿਬ ਨੂੰ ਥੋੜ੍ਹੀ ਜਿਹੀ ਮਾਇਆ ਦੇ ਦਿਓ ਜਾਂ ਕੜਾਪ ਸ਼ਾਇਦ ਦੇ ਕਰੋ, ਤਾਂ ਤੁਸੀਂ ਉਹ ਤੁਹਾਡੇ ਵਾਸਤੇ ਅਰਦਾਸ ਕਰ ਲੇਗਾ। ਕੀ ਇੱਥੇ ਸਿੱਖ ਜਾਂ ਇੱਕ ਜੀਵ ਆਪਣੇ ਲਈ ਆਪ ਨਹੀਂ ਅਰਦਾਸ ਕਰ ਸਕਦਾ? ਬਿਲਕੁਲ ਕਰ ਸਕਦਾ। ਮੈਂ ਇਸੇ ਲਈ ਕਿਹਾ ਵੀ ਅਰਦਾਸ ਕਰਨ ਦੀ ਵੀ ਲੋੜ ਨਹੀਂ ਹੈ, ਕਿਉਂਕਿ ਬਿਨ ਬੋਲਿਆਂ ਸਭ ਕੁਝ ਜਾਣਦਾ। ਅਰਦਾਸ ਕਰਨ ਦਾ ਮਤਲਬ ਇਹ ਹੈ ਸਾਡੇ ਅੰਦਰ ਉਹ ਭਾਵਨਾ ਬਣੇ ਅੰਦਰੋਂ ਕਿ ਮੈਂ ਅਰਦਾਸ ਕਰਾਉਣੀ ਹੈ, ਅਤੇ ਉਹਦੀ ਅਰਦਾਸ ਹੋ ਗਈ, ਕਿਉਂਕਿ ਉਹ ਅੰਤਰਜਾਮੀ ਹੈ, ਉਹਦਾ ਕਨੈਕਸ਼ਨ ਤਾਂ ਹਰ ਵੇਲੇ ਜੁੜਿਆ। ਦੀ ਮੂਵਮੈਂਟ ਸਾਡੇ ਮਨ ਵਿੱਚ ਉਹ ਭਾਵਨਾ ਆਈ, ਉੱਥੇ ਰਜਿਸਟਰ ਹੋ ਗਈ, ਅਤੇ ਸਾਨੂੰ ਸੁਣਾਉਣ ਦੀ ਲੋੜ ਹੀ ਨਹੀਂ, ਸਾਨੂੰ ਹੀ ਕਹਿਣ ਦੀ ਲੋੜ ਨਹੀਂ, ਅਤੇ ਵਿਚੋਲੀਏ ਦੀ ਕੀ ਲੋੜ ਹੈ? ਪਰ ਸਾਡੇ ਸਮਾਜ 'ਚ ਇਹ ਬਣ ਗਿਆ। ਹੁਣ ਬਣ ਇਹਦੇ ਕਈ ਕਾਰਨ ਹੈ, ਉਹ ਲੰਬਾ ਵਿਸ਼ਾ ਕਦੀ ਫਿਰ ਮਿਲਿਆ ਤਾਂ ਗੱਲ ਕਰਾਂਗੇ, ਲੇਕਿਨ ਹਾਂ ਇੰਨਾ ਕੁ ਜ਼ਰੂਰ ਹੈ ਕਿ ਸਾਡੇ ਸਮਾਜ 'ਚ ਅਸੀਂ ਗ੍ਰੰਥੀਆਂ ਦਾ ਨਾ ਤਾਂ ਆਪ ਸਟੈਂਡਰਡ ਬਣਾਇਆ, ਨਾ ਅਸੀਂ ਉਹਨਾਂ ਨੂੰ ਉਨੇ ਰੈਮੂਨਰੇਸ਼ਨ ਦਿੱਤੇ, ਇਸ ਕਰਕੇ ਅਸੀਂ ਇੱਕ ਉਹਨਾਂ ਦੇ ਇਨਕਮ ਦਾ ਜ਼ਰੀਆ ਬਣਾ ਦਿੱਤਾ, ਉਹ ਡਿਪੈਂਡੈਂਟ ਹੋ ਗਏ, ਅਤੇ ਇਸ ਕਰਕੇ ਇਹ ਸਿਸਟਮ ਚੱਲ ਰਿਹਾ। ਅਤੇ ਸਾਨੂੰ ਵੀ ਲੱਗਦਾ ਕਿ ਹਾਂ 100 ਰੁਪਈਆ ਦਿੱਤਿਆਂ ਹੀ ਅਰਦਾਸ ਹੋ ਸਕਦੀ ਹੈ, ਉਸ ਤਰ੍ਹਾਂ ਅਰਦਾਸ ਨਹੀਂ ਹੋ ਸਕਦੀ। ਗੁਰਸਿੱਖ ਸਮਾਜ ਦੇ ਵਿੱਚ ਸਾਨੂੰ ਕਿਸੇ ਮਿਡਲਮੈਨ ਦੀ ਲੋੜ ਨਹੀਂ। ਮਹਾਰਾਜ ਤਾਂ ਕਹਿੰਦੇ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਦੇ। ਜੋ ਅਸੀਂ ਕਰਮ ਕਰਨੇ ਆ ਉੱਥੇ ਗੱਲ ਉਹਦੀ ਚੱਲਣੀ ਹੈ, ਕਿਸੇ ਵਿਚੋਲੀਏ ਦੀ ਅਪਰੋਚ ਦੀ ਲੋੜ ਨਹੀਂ ਹੈ। ਅਤੇ ਇਸ ਕਰਕੇ ਅਰਦਾਸ ਦੀ ਭਾਵਨਾ, ਕਈ ਵਾਰੀ ਕਈ ਸੱਜਣ ਆ ਕੇ ਕਹਿੰਦੇ ਕਿ ਭਾਈ ਸਾਹਿਬ ਸਾਡੀ ਅਰਦਾਸ ਕਰ ਦਿਓ। ਮੈਂ ਕਿਹਾ ਜੀ ਹੋ ਗਈ। ਕਹਿੰਦੇ ਆ ਜੀ ਕਿੱਥੇ ਹੋ ਗਈ? ਮੈਂ ਕਿਹਾ ਤੁਹਾਡੇ ਮਨ 'ਚ ਭਾਵਨਾ ਆਈ ਤਾਂ ਉਹਨੇ ਸੁਣ ਲਈ, ਹੁਣ ਅਰਦਾਸ ਕਰਨ ਦੀ ਕੋਈ ਲੋੜ ਹੀ ਨਹੀਂ ਹੈ। ਉਹ ਬੇਸਿਕਲੀ ਗੱਲ ਇਹ ਸਮਝਣੀ ਪੈਣੀ ਹੈ ਕਿ ਵੀ ਅਰਦਾਸ ਕਾਹਦੇ ਵਾਸਤੇ ਹੈ। ਪਹਿਲਾਂ ਤਾਂ ਜ਼ਰੂਰਤ ਵਾਸਤੇ ਹੈ, ਅਤੇ ਸਾਡੀ ਜ਼ਰੂਰਤ ਕੀ ਹੈ? ਦੁਨਿਆਵੀ ਜ਼ਰੂਰਤ ਤਾਂ ਆਪੇ ਪੂਰੀ ਕਰੀ ਜਾਂਦਾ। ਦੇਖੋ ਸਾਡੀਆਂ ਬਹੁਤ ਕੀਮਤੀ ਜ਼ਰੂਰਤਾਂ ਅਸੀਂ ਕਦੀ ਮੰਗੀਆਂ ਹੀ ਨਹੀਂ। ਅਸੀਂ ਕਦੀ ਮੰਗਿਆ ਰੱਬ ਕੋਲੋਂ ਵੀ ਸਾਨੂੰ ਆਕਸੀਜਨ ਦੇ ਦੇ? ਜਿਹਦੇ ਬਿਨਾਂ ਸਾਡਾ ਇੱਕ ਸਵਾਸ ਨਹੀਂ ਚੱਲਦਾ, ਅਸੀਂ ਉਹ ਕਦੀ ਨਹੀਂ ਮੰਗੀ, ਉਹ ਆਪਣੇ ਆਪ ਦੇ ਰਿਹਾ। ਅਸੀਂ ਕਦੀ ਧੁੱਪ ਨਹੀਂ ਮੰਗੀ ਉਹਦੇ ਕੋਲੋਂ, ਅਸੀਂ ਕਦੀ ਜ਼ਮੀਨ ਦਾ ਟੁਕੜਾ ਨਹੀਂ ਮੰਗਿਆ ਵੀ ਸਾਨੂੰ ਰਹਿਣ ਲਈ ਦੇ ਦੇ, ਕਦੀ ਨਹੀਂ ਮੰਗਿਆ। ਇਹ ਸਭ ਚੀਜ਼ਾਂ ਉਹ ਆਪੇ ਹੀ ਦੇ ਜਾਂਦਾ। ਔਰ ਇਹ ਹੀ ਨਹੀਂ, ਸਾਡੇ ਵਾਸਤੇ ਉਹ ਨੀਂਦ, ਕਦੀ ਮੰਗੀ ਨੀਂਦ ਅਸੀਂ ਆਪਣੇ ਆਪ ਆ ਜਾਂਦੀ ਹੈ, ਜੇ ਆਪਣਾ ਤਰੀਕੇ ਨਾਲ ਅਸੀਂ ਡਿਸਿਪਲਿਨ ਨਾਲ ਤੁਰੀਏ, ਰਾਤ ਮੰਜੇ 'ਤੇ ਪਿਆ ਨੀਂਦ ਆ ਜਾਂਦੀ ਹੈ। ਸਾਨੂੰ ਬਹੁਤ ਕੁਛ ਉਹ ਆਪਣੇ ਆਪ ਦੇ ਜਾ ਰਿਹਾ, ਕਿਉਂ? ਉਹ ਇੱਕ ਸੁਚੱਜਾ ਪਿਓ ਹੈ, ਉਹ ਇੱਕ ਸੁਚੱਜੀ ਮਾਂ ਹੈ, ਅਸੀਂ ਉਹਦੇ ਪੁੱਤਰ ਹਾਂ। ਤਾਂ ਉਹ ਆਪਣੇ ਬੱਚਿਆਂ ਦੀ ਦੇਖਭਾਲ ਬੜੀ ਸੋਹਣੀ ਕਰਦਾ, ਔਰ ਹੁਣ ਨਹੀਂ ਉਹ ਯੁਗਾਂ ਤੋਂ ਕਰਦਾ ਆਇਆ, ਔਰ ਕਿੰਨਿਆਂ ਦੀ ਕਰਦਾ? ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਲ ਹੈ ਨਿਤ ਸਾਰ ਜਮਾਲ ਹੈ। ਨਿਤ ਸਾਰ ਦਾ ਮਤਲਬ ਹੈ ਐਵਰੀ ਮੂਮੈਂਟ, ਹਰ ਮੂਮੈਂਟ ਉਹ ਹਰੇਕ ਦੀ ਪ੍ਰਤਪਾਲਣਾ ਕਰ ਰਿਹਾ, ਅਤੇ ਉਹ ਐਡਾ ਸੁਚੱਜਾ ਅਤੇ ਉਹਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ। ਦੁਨਿਆਵੀ ਚੀਜ਼ ਉਹ ਆਪਣੇ ਆਪ ਦੇ ਰਿਹਾ, ਜਿੰਨੀ ਸਾਨੂੰ ਲੋੜ ਹੈ ਦੇ ਰਿਹਾ, ਜੋ ਮੰਗਦੇ ਹਾਂ ਵਾਧੂ ਹੈ। ਯਾਨੀ ਕਿ ਜਿਹੜੀ ਅਸੀਂ ਅਰਦਾਸ ਕਰਨੀ ਆ ਜਾਂ ਅਰਦਾਸ ਦੀ ਭਾਵਨਾ ਹੀ ਬਣਾਉਣੀ ਹੈ, ਉਹ ਇਹੀ ਬਣਾਈਏ, ਇਹੀ ਅੰਦਰਲੀ ਸਾਡੀ ਸੋਚ ਹੋਵੇ, ਸਾਡਾ ਮਨ ਹੋਵੇ, ਸਾਡੀ ਅੰਦਰਲੀ ਫੀਲਿੰਗ ਇਹ ਹੋਵੇ ਕਿ ਰੱਬ ਸਾਨੂੰ ਤੂੰ ਆਪਣਾ ਦੀਦਾਰ ਕਰਾ, ਜਿਹਦੇ ਕਰਕੇ ਜਨਮ ਦਿੱਤਾ, ਬਈ ਤੁਮਰੀ ਕਿਰਪਾ 'ਤੇ ਮਨੁੱਖ ਦੇ ਪਾਈ ਹੈ, ਇੱਕ ਬਖਸ਼ਿਸ਼ ਤਾਂ ਤੂੰ ਕਰ ਦਿੱਤੀ ਕਿ ਸਾਨੂੰ ਐਲੀਜੀਬਲ ਬਣਾ ਦਿੱਤਾ ਮਿਲਾਪ ਨਾਲ, ਕਿਉਂਕਿ ਮਨੁੱਖਾ ਜਨਮ ਤੋਂ ਇਲਾਵਾ ਮਿਲਾਪ ਹੈ ਹੀ ਨਹੀਂ, ਸਿਰਫ ਇਸੇ ਜਨਮ 'ਚ ਮਿਲਾਪ ਹੈ। ਕਬੀਰ ਹਾਂ ਇਹੋ ਤੇਰੀ, ਇਹ ਤੇਰੀ ਬਰੀਆ, ਇਹੀ ਹੈ। ਕਬੀਰ ਸਾਹਿਬ ਵੀ ਕਹਿੰਦੇ ਨੇ ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ, ਮਨ ਨਾ ਵਿਚਾਰ ਕਰ ਲੈ, ਜਿੱਤ ਕੇ ਜਾਣਾ ਕਿ ਹਾਰ ਕੇ ਜਾਣਾ, ਲੇਕਿਨ ਅਪੋਰਚੁਨਿਟੀ ਇੱਕੋ ਹੀ ਹੈ। ਇਸ ਅਪੋਰਚੁਨਿਟੀ ਨੂੰ ਜੇ ਤੂੰ ਨਹੀਂ ਯੂਟੀਲਾਈਜ਼ ਕੀਤਾ ਤਾਂ ਫਿਰ ਪਤਾ ਨਹੀਂ ਇਹ ਵਾਰੀ ਕਦੋਂ ਆਏਗੀ। ਗੁਣ ਗੋਪਾਲ ਨਾ ਜਪੈ ਰਸਨਾ, ਫਿਰ ਕਦੋਂ ਸੇ ਦੇ ਆਵੇ, ਫਿਰ ਦੁਬਾਰਾ ਕਦੋਂ ਦੇ ਵਾਰੀ ਮਿਲੇਗੀ, ਪਤਾ ਹੀ ਨਹੀਂ। ਉਹ ਕਰੋੜਾਂ ਜਨਮਾਂ ਬਾਅਦ, ਕਿਉਂਕਿ ਮਹਾਰਾਜ ਕਹਿੰਦੇ ਨੇ ਕਈ ਜਨਮ ਬਈ ਕੀਟ ਪਤੰਗਾ, ਕਈ ਜਨਮ ਬਈ ਜ਼ਮੀਨ ਕਰੰਗਾ, ਪਤਾ ਨਹੀਂ ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਤ ਬਹੁਤ ਦੁੱਖ ਪਾਇਆ, ਬੜੇ ਦੁੱਖ ਕੱਟ ਕੇ ਆਇਆ, ਪਰ ਤੁਮਰੀ ਕਿਰਪਾ 'ਤੇ ਮਨੁੱਖ ਦੇ ਪਾਈ ਹੈ, ਦੇਹੋ ਦਰਸਰ ਰਾਇਆ। ਇੱਕ ਕਰ ਕਿਰਪਾ ਤੂੰ ਕਰ ਦਿੱਤੀ, ਮਨੁੱਖਾ ਜਨਮ ਦੇ ਦਿੱਤਾ, ਹੁਣ ਦੂਸਰੀ ਕਿਰਪਾ ਹੋਰ ਕਰਦੇ। ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਹੁਣ ਦੇਖੋ ਅਰਦਾਸ ਤਾਂ ਇਹ ਕਰਨੀ ਹੈ, ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾਏ। ਹੁਣ ਇਹ ਭਾਵਨਾ ਅੰਦਰ ਬਣਨ ਵਾਸਤੇ ਸਤਸੰਗ ਦੀ ਲੋੜ ਹੈ।
ਬਖਸ਼ੇ ਹੋਏ ਦੀ ਸੰਗਤ ਦੀ ਲੋੜ ਹੈ, ਜਿਹਦੇ ਵਿੱਚ ਉਹ ਗੁਰਬਾਣੀ ਰਾਹੀਂ ਸਾਨੂੰ ਇਹ ਭਾਵਨਾ ਪੈਦਾ ਕਰਨ ਦਾ ਅਭਿਆਸ ਕਰਾਏਗਾ। ਅਸੀਂ ਅੱਜ ਕੱਲ੍ਹ ਦੂਸਰੇ ਬਾਹਰਲੀਆਂ ਕਿਰਿਆਵਾਂ 'ਚ ਜ਼ਿਆਦਾ ਫਸ ਗਏ। ਅੱਜ ਕੱਲ੍ਹ ਇੱਕ ਸਿਮਰਨ ਦਾ ਬੜਾ ਕਨਸੈਪਟ ਚੱਲ ਪਿਆ ਹੈ ਜੀ, ਸਾਡੇ ਗੁਰਦੁਆਰੇ 2 ਘੰਟੇ ਸਿਮਰਨ ਹੁੰਦਾ। ਹਾਂਜੀ, ਅੱਖਾਂ ਮੀਟ ਕੇ ਸਿਮਰਨ ਕਰ ਰਹੇ ਹਾਂ ਅਸੀਂ, ਵਾਹਿਗੁਰੂ ਸਤਨਾਮ ਜਾਂ ਕੋਈ ਵੀ ਅੱਖਰ ਲੈ ਕੇ ਜਾਂ ਕੋਈ ਇੱਕ ਸ਼ਬਦ ਦੀ ਤੁੱਕ ਲੈ ਕੇ। ਗੱਲ ਇਹ ਹੈ ਕਿ ਸਿਮਰਨ ਹੈ ਕੀ? ਸਿਮਰਨ ਹੈ ਪਿਆਰ ਭਰੀ ਯਾਦ। ਸੰਸਕ੍ਰਿਤ ਦਾ ਮੂਲ ਪਦ ਹੈ ਸਮਰਨ, ਜਿਹਦਾ ਅੱਖਰੀ ਅਰਥ ਹੈ ਪਿਆਰ ਭਰੀ ਯਾਦ। ਰੱਬ ਨੂੰ ਪਿਆਰ ਨਾਲ ਯਾਦ ਰੱਖਣਾ, ਅਤੇ ਰੱਬ ਪਿਆਰ ਨਾਲ ਯਾਦ ਸਿਰਫ ਇੱਕ ਕਾਰਨ ਰਹਿ ਸਕਦਾ ਹੈ, ਉਹਦੇ ਗੁਣਾਂ ਕਰਕੇ। ਕਿਉਂਕਿ ਸਾਨੂੰ ਕੋਈ ਵੀ ਬੰਦਾ, ਕੋਈ ਵੀ ਚੀਜ਼, ਕੋਈ ਵੀ ਥਾਂ ਗੁਣਾਂ ਕਰਕੇ ਹੀ ਯਾਦ ਰਹਿੰਦੀ ਹੈ। ਠੀਕ ਹੈ, ਗੁਣ ਜੇ ਸਗੁਣ ਹੈ, ਚੰਗਾ ਗੁਣ ਹੈ, ਤਾਂ ਪਿਆਰ ਦੀ ਭਾਵਨਾ ਨਾਲ ਯਾਦ ਰਹਿੰਦੀ ਹੈ, ਅਤੇ ਜੇ ਗੁਣ ਅਵਗੁਣ ਹੈ ਤਾਂ ਨਫ਼ਰਤ ਦੀ ਭਾਵਨਾ ਨਾਲ ਯਾਦ ਰਹਿੰਦੀ ਹੈ। ਯਾਦ ਦੋਵਾਂ, ਸਾਨੂੰ ਦੋ ਤਰ੍ਹਾਂ ਦੇ ਬੰਦੇ ਯਾਦ ਰਹਿੰਦੇ ਜ਼ਿੰਦਗੀ 'ਚ, ਦੋ ਤਰ੍ਹਾਂ ਦੀਆਂ ਥਾਵਾਂ ਯਾਦ ਰਹਿੰਦੀਆਂ, ਦੋ ਤਰ੍ਹਾਂ ਦੀਆਂ ਘਟਨਾਵਾਂ ਯਾਦ ਰਹਿੰਦੀਆਂ, ਜਾਂ ਚੰਗੀਆਂ ਜਾਂ ਮਾੜੀਆਂ। ਨੋਰਮਲ ਸਾਨੂੰ ਘਟਨਾਵਾਂ ਜ਼ਿੰਦਗੀ ਦੀਆਂ, ਨੋਰਮਲ ਬੰਦੇ, ਨੋਰਮਲ ਥਾਵਾਂ ਕਦੇ ਯਾਦ ਨਹੀਂ ਰਹਿੰਦੀਆਂ। ਗੁਣ ਇੱਕ ਐਸਾ ਬੇਸ ਹੈ ਜਿਹਦੇ ਨਾਲ ਯਾਦ ਬਣਦੀ ਹੈ, ਅਤੇ ਜੇ ਗੁਣ ਚੰਗਾ ਹੋਵੇ ਤਾਂ ਪਿਆਰ ਦੀ ਭਾਵਨਾ ਬਣਦੀ ਹੈ, ਜੇ ਗੁਣ ਮਾੜਾ ਹੋਵੇ ਤਾਂ ਨਫ਼ਰਤ ਦੀ ਭਾਵਨਾ ਬਣਦੀ ਹੈ। ਹੁਣ ਰੱਬ ਵਿੱਚ ਤਾਂ ਗੁਣ ਹੀ ਗੁਣ ਹੈ, ਉਹਦੇ ਅੰਦਰ ਅਵਗੁਣ ਤਾਂ ਹੈ ਹੀ ਕੋਈ ਨਹੀਂ, ਅਤੇ ਉਹ ਗੁਣਾਂ ਦੇ ਖਜ਼ਾਨੇ ਨੂੰ ਜਦੋਂ ਵਾਰ ਵਾਰ ਉਹਦੇ ਗੁਣਾਂ ਕਰਕੇ ਯਾਦ ਕਰਾਂਗੇ, ਇਹ ਸਿਮਰਨ ਹੈ। ਅਸੀਂ ਵਾਹਿਗੁਰੂ ਕਹਿੰਦੇ ਹਾਂ, ਵਾਹਿਗੁਰੂ ਦੇ ਅੱਖਰੀ ਅਰਥ ਹਨ ਬੱਲੇ ਰੱਬਾ। ਪਰ ਕਿਉਂ ਬੱਲੇ ਰੱਬਾ, ਕਿਉਂ ਵੰਡਰਫੁੱਲ ਗੋਡ? ਕਿਉਂਕਿ ਉਹ ਵੰਡਰਫੁੱਲ ਹੈ। ਉਹ ਕੈਸਾ ਵੰਡਰਫੁੱਲ ਹੈ ਕਿ ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਮਤਲਬ ਲੈਣ ਵਾਲੇ ਥੱਕ ਗਏ, ਦੇਣ ਵਾਲਾ ਨਹੀਂ ਥੱਕਾ। ਦੇਣ ਵਾਲਾ ਇੱਕ, ਤੂੰ ਦਾਤਾ ਮੰਗਣ ਕੋ ਸਗਲੀ, ਹੈਂ, ਦੇਣ ਵਾਲਾ ਇੱਕ, ਮੰਗਣ ਵਾਲੇ ਅਰਬਾਂ ਖਰਬਾਂ ਕਰੋੜਾਂ, ਮਤਲਬ ਗਿਣਤੀ ਨਹੀਂ। ਲੇਕਿਨ ਉਹ ਥੱਕ ਗਏ ਖਾਂਦਿਆਂ ਖਾਂਦਿਆਂ, ਮੂੰਹ ਘਟਾ ਪੈ ਲੈਂਦੇ ਹਾਂ ਸਭ ਵੰਗ। ਅਸੀਂ ਕਹਿੰਦੇ ਹਾਂ ਨਾ ਵੀ ਹੁਣ ਹੋਰ ਨਹੀਂ, ਖਾਧਾ ਹੀ ਨਹੀਂ ਜਾਂਦਾ ਜੀ, ਅਗਲਾ ਤਾਂ ਦੇ ਰਿਹਾ। ਉਹ ਏਡਾ ਦਾਤਾਰ ਹੈ, ਫਿਰ ਦਿਲਾਂ ਦੀ ਜਾਣਦਾ, ਫਿਰ ਨਿਰਵੈਰ ਹੈ, ਫਿਰ ਨਿਰਲੇਪ ਹੈ। ਉਹਦੇ ਗੁਣ ਹੀ ਗੁਣ ਹਨ, ਇੰਨੇ ਗੁਣ, ਅਤੇ ਅਸੀਂ ਉਹਨਾਂ ਗੁਣਾਂ ਕਰਕੇ ਉਹਨੂੰ ਯਾਦ ਕਰੀਏ। ਅਸੀਂ ਵਾਹਿਗੁਰੂ ਉਦੋਂ ਆਖੀਏ ਜਦੋਂ ਗੁਣ ਸਾਹਮਣੇ ਹੋਣ। ਨੋਰਮਲੀ ਅਸੀਂ ਵਾਹਿਗੁਰੂ ਨੂੰ ਮਕੈਨੀਕਲ ਬਣਾ ਲਿਆ। ਅਸੀਂ ਪਿੰਡੇ 'ਤੇ ਪਾਣੀ ਪਾਉਂਦੇ ਹਾਂ, ਵਾਹਿਗੁਰੂ ਵਾਹਿਗੁਰੂ, ਹੈਂ ਜੀ। ਅਸੀਂ ਕੀਰਤਨ ਸ਼ਬਦ ਕਰਦੇ ਹਾਂ, ਉੱਥੇ ਜੇ ਕਿਤੇ ਤੁੱਕ ਆਉਂਦੀ ਹੈ ਕਿ ਭਜੋ ਗੋਬਿੰਦ, ਅਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰਦੇ। ਕਿਹਨੂੰ ਕਹਿ ਰਹੇ ਹਾਂ? ਉਹ ਆ ਹੀ ਨਹੀਂ ਰਿਹਾ ਸਾਡੇ ਮਨ 'ਚ, ਅਸੀਂ ਇਹਨੂੰ ਇੱਕ ਮਕੈਨੀਕਲ ਬਣਾ ਲਿਆ। ਵਾਹਿਗੁਰੂ ਉਦੋਂ ਆਖੀਏ ਜਦੋਂ ਦਿਸੇ ਵੀ ਤੂੰ ਗੋਪਾਲ ਹੈ, ਤੂੰ ਗੋਬਿੰਦ ਹੈ, ਤੂੰ ਬਖਸ਼ਣ ਆ ਰਹੇ, ਜਦੋਂ ਉਸਦੇ ਗੁਣਾਂ ਨੂੰ ਚੇਤੇ ਕਰਕੇ ਉਸਦੇ ਗੁਣਾਂ ਦੇ ਉਹਦੇ ਗੁਣ ਸਾਹਮਣੇ ਸਨਮੁਖ ਹੋਣ, ਹਾਂ, ਫਿਰ ਮੂੰਹ ਨਿਕਲੇ, ਫਿਰ ਮੂੰਹ ਨਿਕਲੇ, ਵਾਹ ਵਾਹ ਵਾਹ, ਇਹ ਮਾਲਕ ਤੂੰ ਵਾਹ ਹੈ। ਦੇਖੋ ਆਪਾਂ ਕ੍ਰਿਕਟ ਦੇ ਗਰਾਊਂਡ ਵਿੱਚ ਜਾ ਕੇ ਵਾਹ ਵਾਹ ਕਹਿਣਾ ਸ਼ੁਰੂ ਕਰ ਦਈਏ ਤੇ ਕੋਈ ਸੈਂਸ ਨਹੀਂ ਹੈ, ਪਰ ਜਦੋਂ ਕੋਈ ਚੰਗੀ ਕੈਚ ਕਰੇ ਜਾਂ ਕੋਈ ਚੰਗਾ ਛੱਕਾ ਮਾਰੇ, ਉਦੋਂ ਨਿਕਲੇ ਨਾ ਵਾਹ। ਕਾਹਦੇ ਲਈ ਵਾਹ? ਕੀ ਹੋਏਗਾ ਵੀ ਛੱਕਾ ਬਹੁਤ ਸੋਹਣਾ ਸੀ, ਵੀ ਕੈਚ ਬਹੁਤ ਸੋਹਣੀ ਸੀ, ਵੀ ਉਹਦੀ ਬੋਲਿੰਗ ਬਹੁਤ ਸੋਹਣੀ ਸੀ। ਉਹ ਬੋਲਿੰਗ ਵੇਖ ਕੇ ਜਦੋਂ ਵਾਹ ਨਿਕਲਦਾ, ਉਹਦੀ ਸੈਂਸ ਹੈ। ਅਤੇ ਜੇ ਸਟੇਡੀਅਮ ਖਾਲੇ 'ਚ ਜਾ ਕੇ ਵਾਹ ਕਰੀਏ ਤਾਂ ਕਿਹਨੂੰ ਕਹਿ ਰਹੇ ਹਾਂ? ਇਸ ਲਈ ਬਾਣੀ ਕਹਿੰਦੀ ਹੈ ਕਿ ਵਾਹ ਵਾਹ ਤਿਸ ਨੂੰ ਆਖੀਐ ਜੋ ਸਭ ਮੈਂ ਰਿਹਾ ਸਮਾਏ, ਵਾਹ ਵਾਹ ਤਿਸ ਨੂੰ ਆਖੀਐ ਜੋ ਦਿੰਦਾ ਰਿਜਕ ਸਮਾਏ। ਅਤੇ ਜਦੋਂ ਵਾਹ ਕਹਿਣਾ ਨਾ, ਉਹਦੇ ਗੁਣ ਸਾਹਮਣੇ ਹੋਣੇ ਚਾਹੀਦੇ। ਅਤੇ ਅਰਦਾਸ ਇਸ ਕਰਕੇ ਕਰਨੀ ਹੈ ਕਿ ਵੀ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰਮ ਸੱਕ ਹੈ ਜਿਉਂ ਭਾਵੇ ਤਿਵੇਂ ਬਖਸ਼। ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਅਰਦਾਸ ਹੈ, ਇਹ ਵੀ ਇੱਕ ਮਨ ਦੀ ਇੱਕ ਭਾਵਨਾ ਜਦੋਂ ਪੈਦਾ ਹੋਏਗੀ, ਤਾਂ ਮਨ ਦੀ ਇੱਕ ਭਾਵਨਾ ਜਿਹੜੀ ਹੈ, ਉਸ ਭਾਵਨਾ ਦੇ ਅਧੀਨ ਜਦੋਂ ਮਨੁੱਖ ਆਪਣੇ ਆਪ ਦੇ ਵਿੱਚ ਰਹਿੰਦਾ, ਉਸ ਭਾਵਨਾ ਨੂੰ ਦੇਖਦਾ, ਤਾਂ ਸਮਝੋ ਆਪਣੇ ਆਪ ਹੀ ਅਰਦਾਸ ਹੋ ਗਈ। ਅਤੇ ਰੱਬ ਦੇ ਗੁਣਾਂ ਨੂੰ ਚੇਤੇ ਕਰ ਜਦੋਂ ਅਸੀਂ ਕਰਦੇ ਹਾਂ, ਤਾਂ ਸਮਝੋ ਆਪਣੇ ਆਪ ਹੀ ਵਾਹਿਗੁਰੂ ਜਿਹੜਾ ਉਹ ਸਾਡੀ ਜ਼ਬਾਨ 'ਤੇ, ਸਾਡੀ ਰਸਨਾ 'ਤੇ, ਸਾਡੇ ਮਨ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਪ੍ਰਗਟ ਹੁੰਦੀਆਂ ਨੇ। ਸੋ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਰ ਬਲਜੀਤ ਸਿੰਘ ਜੀ, ਜਿਨ੍ਹਾਂ ਨੇ ਅਰਦਾਸ ਦੇ ਵਿਸ਼ੇ ਦੇ ਉੱਪਰ ਸੰਗਤਾਂ ਦੇ ਨਾਲ ਅੱਜ ਸਾਂਝ ਪਾਈ ਹੈ, ਆਸ ਕਰਦੇ ਹਾਂ ਕਿ ਪ੍ਰੋਗਰਾਮ ਆਪ ਜੀ ਨੂੰ ਬਹੁਤ ਚੰਗਾ ਲੱਗਿਆ ਹੋਵੇਗਾ। ਆਪ ਜੀ ਆਪਣੇ ਇਸ ਪ੍ਰੋਗਰਾਮ ਦੇ ਬਾਰੇ ਆਪਣਾ ਫੀਡਬੈਕ ਦੇ ਸਕਦੇ ਹੋ, ਸਾਡੇ ਸਕਰੀਨ ਦੇ ਉੱਪਰ ਚੱਲ ਰਹੇ ਨੰਬਰ ਦੇ 'ਤੇ ਵੀ ਆਪ ਜੀ ਜਿਹੜਾ ਵਟਸਐਪ ਕਰ ਸਕਦੇ ਹੋ, ਮੈਸੇਜ ਦੇ ਸਕਦੇ ਹੋ ਆਪ ਜੀ ਕਿ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਜਾਂ ਅਸੀਂ ਹੋਰ ਕਿਹੋ ਜਿਹੇ ਟੋਪਿਕ ਲੈ ਕਰਕੇ ਆਪ ਜੀ ਸਨਮੁੱਖ ਹੋਈਏ।
ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਭਾਈ ਸਾਹਿਬ ਆ ਕਰਕੇ ਸਾਡੇ ਸਟੂਡੀਓ ਵਿੱਚ ਅੱਜ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗੁਰਮਤ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਆਓ ਗੁਰੂ ਫਤਿਹ ਸਾਂਝ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।